ਦੋਸਤੋ ਇਹ ਹੈਗਾ ਗੁਰਦੁਆਰਾ ਝੂਲਣੇ ਮਹਿਲ ਸਾਹਿਬ। ਇਹ ਹੈਗਾ ਤਰਨ ਤਾਰਨ ਤੋਂ ਆਪਾਂ ਜਦੋਂ ਆਉਂਦੇ ਹਾਂ ਨਾ ਚਬਾਰ ਰੋਡ 'ਤੇ, ਤਰਨ ਤਾਰਨ ਤੋਂ ਚਬਾਰ ਰੋਡ 'ਤੇ ਪਿੰਡ ਹੈਗਾ ਠੱਠੀਖਾਰਾ, ਉੱਥੇ ਸਥਿਤ ਹੈਗਾ ਝੂਲਣੇ ਮਹਿਲ। ਇਹ ਪੰਜਵੀਂ ਪਾਤਸ਼ਾਹੀ ਦਾ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ। ਇਹਦਾ ਇਤਿਹਾਸ ਵੀ ਕੁਛ ਅੱਜ ਤੁਹਾਨੂੰ ਦੱਸਦੇ ਆਪਾਂ ਜਿੰਨਾ ਕੁ ਆਪਾਂ ਨੂੰ ਪਤਾ ਹੈਗਾ। ਅਤੇ ਮਾਝੇ ਦੇ ਟੂਰ 'ਤੇ ਆਪਾਂ ਆਏ ਸੀਗੇ ਤਾਂ ਉੱਥੇ ਪਵਿੱਤਰ ਅਸਥਾਨ ਹੈ ਸੀਗਾ, ਆਪਾਂ ਨੂੰ ਪਤਾ ਲੱਗਿਆ ਆਪਾਂ ਦੇਖਣ ਆਏ। ਅਤੇ ਤੁਹਾਨੂੰ ਵੀ ਸਾਰਾ ਕੁਛ ਦਿਖਾਉਂਦੇ ਹਾਂ, ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਪਾਂ, ਅਤੇ ਉਸ ਤੋਂ ਬਾਅਦ ਇਹਦਾ ਇਤਿਹਾਸ ਕੀ ਆ ਉਹ ਵੀ ਤੁਹਾਨੂੰ ਦੱਸਾਂਗੇ। ਬਹੁਤ ਵਧੀਆ ਬਿਲਡਿੰਗ ਬਣੀ ਹੋਈ ਆ ਗੁਰਦੁਆਰਾ ਸਾਹਿਬ ਦੀ, ਦੁੱਖ ਨਿਵਾਰਨ ਝੂਲਣੇ ਮਹਿਲ ਪਾਤਸ਼ਾਹੀ ਪੰਜਵੀਂ ਸੇਵਾ ਕਰਵਾ ਰਹੇ ਸਤਿਗੁਰੂ ਬਾਬਾ ਖੜਕ ਸਿੰਘ ਧੂਵਰ ਸਾਹਿਬ ਸਤਿਗੁਰ ਚਰਨ ਸਿੰਘ। ਪਿੰਡ ਹੈਗਾ ਠੱਠੀਖਾਰਾ, ਡਿਸਟ੍ਰਿਕਟ ਤਰਨ ਤਾਰਨ। ਮੱਥਾ ਆਪਾਂ ਟੇਕ ਲਿਆ ਤਾਂ ਦੋਸਤੋ ਇਹ ਹੈਗਾ ਸਰੋਵਰ ਝੂਲਣੇ ਮਹਿਲ ਗੁਰਦੁਆਰਾ ਸਾਹਿਬ ਦਾ। ਇੱਥੋਂ ਦਾ ਇਤਿਹਾਸ ਇਹ ਹੈਗਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਜਦ ਤਰਨ ਤਾਰਨ ਸਾਹਿਬ ਸਰੋਵਰ ਦੀ ਅਤੇ ਦਰਬਾਰ ਸਾਹਿਬ ਦੀ ਸੇਵਾ ਕਰਵਾ ਰਹੇ ਸੀਗੇ ਤਾਂ ਉਹ ਸੇਵਾ ਕਰਵਾ ਕੇ ਦਿਨੇ ਉੱਥੇ ਰਹਿੰਦੇ ਤਾਂ ਸ਼ਾਮ ਨੂੰ ਇਹ ਠੱਠੀਖਾਰਾ ਪਿੰਡ ਇਸ ਸਥਾਨ 'ਤੇ ਸੌਣ ਦੇ ਲਈ ਜਾਂ ਰੈਸਟ ਕਰਨ ਦੇ ਲਈ ਆਉਂਦੇ ਸੀਗੇ। ਕਿਹਾ ਜਾਂਦਾ ਕਿ 7 ਸਾਲ 7 ਮਹੀਨੇ 7 ਦਿਨ ਸ਼੍ਰੀ ਗੁਰੂ ਸਾਹਿਬ ਇੱਥੇ ਇਸ ਪਿੰਡ 'ਚ ਇਸ ਜਗ੍ਹਾ 'ਤੇ ਰਹੇ। ਜਦੋਂ ਉਹ ਇਸ ਜਗ੍ਹਾ 'ਤੇ ਆਉਂਦੇ ਨਾਲੇ ਤਾਂ ਉਹ ਇੱਥੇ ਰੈਸਟ ਕਰਦੇ ਸੀਗੇ ਅਤੇ ਨਾਲੇ ਸੰਗਤਾਂ ਨੂੰ ਉਪਦੇਸ਼ ਦਿੰਦੇ ਸੀਗੇ। ਰੋਜ਼ ਜਿਹੜੀਆਂ ਨਗਰ ਦੀਆਂ ਸੰਗਤਾਂ ਜਾਂ ਆਲੇ ਦੁਆਲੇ ਦੀਆਂ ਸੰਗਤਾਂ ਆਉਂਦੀਆਂ ਸੀਗੀਆਂ ਗੁਰੂ ਸਾਹਿਬ ਦੇ ਦਰਸ਼ਨ ਕਰਨ, ਤਾਂ ਗੁਰੂ ਸਾਹਿਬ ਉਹਨਾਂ ਨੂੰ ਉਪਦੇਸ਼ ਦਿੰਦੇ ਸੀਗੇ। ਕਹਿੰਦੇ ਆ ਕਿ ਇੱਕ ਦਿਨ ਗੁਰੂ ਸਾਹਿਬ ਸੰਗਤਾਂ ਨੂੰ ਉਪਦੇਸ਼ ਕਰ ਰਹੇ ਸੀਗੇ ਤਾਂ ਜਹਾਂਗੀਰ ਬਾਦਸ਼ਾਹ ਦਾ ਰਾਜ ਸੀਗਾ ਤਾਂ ਉਹਨਾਂ ਦੀਆਂ ਫੌਜਾਂ ਇੱਥੇ ਗੁਰੂ ਸਾਹਿਬ ਬੈਠੇ ਸੀਗੇ ਤਾਂ ਉਹਨਾਂ ਦੀਆਂ ਫੌਜਾਂ ਪਿੱਛੋਂ ਦੀ ਲੰਘੀਆਂ, ਘੋੜੇ ਹਾਥੀਆਂ ਦੇ ਬੜੇ ਫੌਜ ਲੰਘੀ ਤਾਂ ਜਿਹੜੇ ਉਪਦੇਸ਼ ਗੁਰੂ ਸਾਹਿਬ ਉਪਦੇਸ਼ ਕਰ ਰਹੇ ਸੀਗੇ ਤਾਂ ਜਿਹੜੀ ਸੰਗਤ ਬੈਠੀ ਸੀ ਨਾ ਉਹ ਪਿੱਛੇ ਮੁੜ ਕੇ ਦੇਖਣ ਲੱਗ ਗਈ ਤਾਂ ਗੁਰੂ ਸਾਹਿਬ ਨੇ ਪੁੱਛਿਆ ਭਾਈ ਕੀ ਦੇਖ ਰਹੇ ਹੋ, ਤਾਂ ਸੰਗਤਾਂ ਨੇ ਕਿਹਾ ਜੀ ਇੱਧਰ ਘੋੜੇ ਹਾਥੀ ਝੂਲਦੇ ਜਾਂਦੇ ਆ, ਬਾਦਸ਼ਾਹ ਦੇ ਦੇਖੋ ਕਿੰਨੇ ਸੋਹਣੇ ਲੱਗਦੇ ਆ, ਵੀ ਹਾਥੀ ਝੂਲਦੇ ਜਾਂਦੇ ਆ, ਘੋੜੇ ਝੂਲਦੇ ਜਾਂਦੇ। ਤਾਂ ਗੁਰੂ ਸਾਹਿਬ ਨੇ ਕਿਹਾ ਵੀ ਇਹ ਤਾਂ ਸਾਹ ਵਾਲੀਆਂ ਚੀਜ਼ਾਂ ਹੈਗੀਆਂ, ਇਹਨਾਂ ਦਾ ਕੀ ਪਤਾ ਸਾਹ ਕਦੋਂ ਮੁੱਕ ਜਾਣਾ। ਜਿੱਥੇ ਤੁਸੀਂ ਰਹਿੰਦੇ ਹੋ, ਜਿੱਥੇ ਬੈਠੇ ਹਾਂ ਆਪਾਂ, ਇਹ ਜਗ੍ਹਾ 'ਤੇ ਇਹ ਮਹਿਲ ਜਿਹੜੇ ਆ ਇਹ ਸਦਾ ਹੀ ਝੂਲਦੇ ਰਹਿਣਗੇ। ਤਾਂ ਉਦੋਂ ਹੀ ਇਹ ਉਸ ਤੋਂ ਬਾਅਦ ਇਸ ਜਗ੍ਹਾ ਦਾ, ਇਸ ਗੁਰਦੁਆਰਾ ਸਾਹਿਬ ਦਾ ਨਾਂ ਝੂਲਣੇ ਸਾਹਿਬ ਪੈ ਗਿਆ। ਅਤੇ ਇੱਥੇ ਕਿਹਾ ਜਾਂਦਾ ਕਿ ਉਸ ਟਾਈਮ ਨਾ ਫਿਰ ਗੁਰੂ ਸਾਹਿਬ ਨੇ ਇੱਕ ਕੰਧ ਬਣਵਾਈ ਸੀਗੀ,
ਇੱਕ ਕੰਧ ਬਣਵਾਈ ਜਿਹੜੀ ਉਸ ਟਾਈਮ ਦੀ ਹੈਗੀ ਗੁਰੂ ਅਰਜਨ ਸਾਹਿਬ ਦੇ ਟਾਈਮ ਦੀ। ਤਾਂ ਉਸ ਕੰਧ ਦੇ ਜਿਹੜੀਆਂ ਵੀ ਸੰਗਤਾਂ ਬੈਠਦੀਆਂ ਸੀਗੀਆਂ ਜਾਂ ਹੁਣ ਵੀ ਬੈਠਦੀਆਂ, ਉਹਨਾਂ ਨੂੰ ਇੰਜ ਫੀਲ ਹੁੰਦਾ ਜਿਵੇਂ ਅਸੀਂ ਹਾਥੀ 'ਤੇ ਬੈਠ ਕੇ ਝੂਲਦੇ ਹੋਈਏ। ਗੁਰੂ ਸਾਹਿਬ ਦੇ ਬਚਨ ਸੀਗੇ, ਤਾਂ ਉਸ ਕਰਕੇ ਅੱਜ ਵੀ ਇਹ ਮਾਨਤਾ ਰੱਖੀ ਜਾਂਦੀ ਆ ਕਿ ਜਿਹੜਾ ਵੀ ਇਸ ਕੰਧ 'ਤੇ ਬੈਠਦਾ ਜਾਂ ਆਪਾਂ ਵੀ ਬੈਠਦੇ ਹਾਂ ਤਾਂ ਆਪਾਂ ਨੂੰ ਝੂਲੇ ਆਉਂਦੇ ਆ। ਠੀਕ ਹੈ, ਆਪਾਂ ਉਹ ਕੰਧ ਦੇਖਦੇ ਹਾਂ ਜਿਹੜੀ ਗੁਰੂ ਸਾਹਿਬ ਦੀ ਬਣਾਈ। ਬਾਕੀ ਇਹ ਗੁਰਦੁਆਰਾ ਨਾ ਦੂਸਰੇ ਗੁਰਦੁਆਰਾ ਸਾਹਿਬ ਨੂੰ ਸਾਰਿਆਂ ਨੂੰ ਅਲੱਗ ਆ। ਇੱਥੇ ਪ੍ਰਾਚੀਨ ਕੁਛ ਐਵੇਂ ਬਣੀਆਂ, ਦੇਖੋ ਸਮਾਧਾਂ ਬਣੀਆਂ ਹੈਗੀਆਂ। ਛੋਟੇ ਮਕਬਰੇ ਬਣੇ ਹੈਗੇ ਆ, ਮਤਲਬ ਪ੍ਰਾਣੀ ਦਿੱਖ ਦੇ ਪ੍ਰਾਣੀ ਦਿੱਖ ਦਾ ਗੁਰਦੁਆਰਾ ਇਹ, ਪੰਜਵੀਂ ਪਾਤਸ਼ਾਹੀ ਦਾ ਗੁਰਦੁਆਰਾ ਇਹ। ਅਤੇ ਆਪਾਂ ਉਹ ਕੰਧ ਵੀ ਦੇਖਦੇ ਹਾਂ, ਬਾਬਾ ਜੀ ਨਾਲ ਗੱਲ ਹੋਈ ਸੀ, ਉਹ ਕੰਧ 'ਤੇ ਚੜ੍ਹ ਕੇ ਵੀ ਦੇਖਾਂਗੇ, ਤੁਹਾਨੂੰ ਦਿਖਾਉਂਦੇ ਹਾਂ, ਇਹਦਾ ਇਤਿਹਾਸ ਵੀ ਦੱਸਤਾ ਤੁਹਾਨੂੰ। ਹੁਣ ਆਪਾਂ ਕੰਧ ਦੇਖਦੇ ਹਾਂ, ਦੋਸਤੋ ਇਹ ਕੰਧ ਹੈਗੀ ਆ ਜਿਹੜੀ ਆਪਾਂ ਦੇਖ ਰਹੇ ਹਾਂ। ਇਹ ਗੁਰੂ ਸਾਹਿਬ ਨੇ ਇਹਦੀ ਜਿਹੜੀ ਉਸਾਰੀ ਆ ਗੁਰੂ ਅਰਜਨ ਦੇਵ ਜੀ ਨੇ ਕਰਵਾਈ ਸੀਗੀ। ਤਾਂ ਤੁਹਾਨੂੰ ਦੱਸ ਦਿੱਤਾ ਕਿ ਜਦੋਂ ਹਾਥੀ ਘੋੜੇ ਜਹਾਂਗੀਰ ਦੇ ਲੰਘਦੇ ਸੀਗੇ ਝੂਲਦੇ, ਤਾਂ ਗੁਰੂ ਸਾਹਿਬ ਨੇ ਕਿਹਾ ਕਿ ਆਪਣੇ ਮਹਿਲ ਝੂਲਣਗੇ। ਤਾਂ ਉਹਨਾਂ ਨੇ ਕੰਧ ਦੀ ਉਸਾਰੀ ਕਰਾਈ। ਅੱਜ ਲੋਕ ਜਾਂ ਉਸ ਟਾਈਮ 'ਤੇ ਵੀ ਲੋਕ ਇਹਦੇ 'ਤੇ ਚੜ੍ਹ ਕੇ ਜਿਹੜੀ ਹਾਥੀ ਦੀ ਸਵਾਰੀ ਕਰਦੇ ਆ, ਉਵੇਂ ਹੀ ਮਤਲਬ ਫੀਲ ਉਵੇਂ ਹੁੰਦਾ ਜਿਵੇਂ ਹਾਥੀ 'ਤੇ ਚੜ੍ਹੇ ਹੁੰਦੇ। ਇੱਕ ਇਹ ਆ ਕੰਧ, ਉਹ ਉੱਪਰ ਦੇਖੋ ਸੰਗਤ ਬੈਠੀ ਆ, ਇੱਕ ਇਹ ਕੰਧ ਆ ਅਤੇ ਇੱਕ ਸਰੋਵਰ ਦੇ ਉਹ ਸਾਹਮਣੇ ਆ ਦੇਖੋ ਇੱਕ ਆਹ ਵਾਲੀ ਆ। ਅਤੇ ਬਾਕੀ ਆ ਸਰੋਵਰ ਵੀ ਕਹਿੰਦੇ ਆ ਕਿ ਗੁਰੂ ਸਾਹਿਬ ਨੇ ਹੀ ਬਣਵਾਇਆ ਸੀਗਾ ਆਪਦੇ ਹੱਥੀਂ। ਆਹ ਦੇਖੋ ਇਹ, ਕਿਉਂਕਿ ਇਹਦੀ ਦਿੱਖ ਵੀ ਪੁਰਾਣੀ ਆ, ਇਹਨੂੰ ਕੋਈ ਢਾਇਆ ਨਹੀਂ ਗਿਆ, ਉਵੇਂ ਹੀ ਹੈਗਾ ਜਿੰਨਾ ਇਹ ਪੁਰਾਣਾ ਸੀਗਾ ਉਵੇਂ ਹੀ ਆ। ਪੁਰਾਣੀ ਦਿੱਖ ਦਾ ਬਿਲਕੁਲ ਉਵੇਂ ਹੀ ਰੱਖਿਆ ਹੈਗਾ। ਇਹ ਕੁਛ ਸਰੋਵਰ ਦੇ ਦੋਨੇ ਸਾਈਡ 'ਤੇ ਬਣਾਏ ਹੈਗੇ, ਸ਼ਾਇਦ ਬੀਬੀਆਂ ਦੇ ਇਸ਼ਨਾਨ ਕਰਨ ਨੂੰ ਹੋਊਗੇ। ਚਲੋ ਆਪਾਂ ਹੁਣ ਕੰਧ 'ਤੇ ਝੂਟੇ ਲੈ ਕੇ ਵੀ ਦੇਖਦੇ ਹਾਂ। ਇਹ ਹੈਗੀ ਉਹ ਦੀਵਾਰ ਜਿੱਥੇ ਆਪਾਂ ਚੜ੍ਹ ਰਹੇ ਹਾਂ, ਦੇਖੋ ਉੱਪਰੋਂ ਦੇਖੋ ਕਿੰਨੀ ਵਧੀਆ ਜਗ੍ਹਾ ਬਣਾਈ ਬੈਠਣ ਨੂੰ। ਆਹ ਦੇਖੋ, ਅਤੇ ਇਹਦੇ ਉੱਪਰ ਜਿਹੜੀ ਛੱਤ ਆ ਇਹ ਬਾਅਦ 'ਚ ਪਾਈ ਹੈ। ਆਹ ਵਾਲੀ ਦੀਵਾਰ ਸੀ ਤਰ੍ਹਾਂ,
ਇਹ ਦੀਵਾਰ ਸੀਗੀ ਸਰੋਵਰ ਦੇ ਬਿਲਕੁਲ ਸਾਹਮਣੇ, ਅਤੇ ਇੱਕ ਦੀਵਾਰ ਉਹ ਸਾਹਮਣੇ ਸੀ ਜਿਹੜੀ ਤੁਹਾਨੂੰ ਪਹਿਲਾਂ ਦਿਖਾਤੀ, ਜਿਹੜੀ ਵੀ ਸੰਗਤ ਆਉਂਦੀ ਆ ਉਹ ਇੱਥੇ ਬੈਠ ਜਾਂਦੀ ਆ। ਦੀਵਾਰ 'ਤੇ ਆਪਾਂ ਸਾਰੇ ਬੈਠ ਗਏ ਹਾਂ, ਆਪਾਂ ਵੀ ਤਜਰਬਾ ਕਰਦੇ ਐਕਸਪੀਰੀਅੰਸ ਕਰਦੇ ਪੁਰਾਣੀ ਦੀਵਾਰ 'ਤੇ ਬੈਠ ਕੇ ਝੂਲ ਦੇ ਮਹਿਲ। ਦੋਸਤੋ ਆਪਾਂ ਨੇ ਐਕਸਪੀਰੀਅੰਸ ਕਰ ਲਿਆ ਝੂਲ ਦੀ ਦਰਬਾਰ ਦਾ, ਤੁਸੀਂ ਵੀ ਜਦੋਂ ਇੱਥੇ ਆਓ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤਾਂ ਇਸ ਦੀਵਾਰ 'ਤੇ ਜ਼ਰੂਰ ਝੂਟਾ ਲੈ ਕੇ ਜਾਇਓ ਝੂਲ ਦੇ ਮਹਿਲ। ਦੇਖੋ ਦੋਸਤੋ ਇਹ ਅੰਬ ਦੇ ਦਰਖਤ 'ਤੇ ਛੋਟੀਆਂ ਛੋਟੀਆਂ ਅੰਬੀਆਂ ਲੱਗੀਆਂ, ਅਤੇ ਇੱਕ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਜੰਡ ਦਾ ਦਰਖਤ ਆ, ਆਹ ਦੇਖੋ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਬਾਬਾ ਬੁੱਢਾ ਸਿੰਘ ਅਤੇ ਮਾਤਾ ਗੰਗਾ ਜੀ ਜਦੋਂ ਗੁਰੂ ਸਾਹਿਬ ਨੂੰ ਮਿਲਣ ਆਏ ਤਾਂ ਉਹਨਾਂ ਨੇ ਘੋੜਾ ਬੰਨਿਆ ਸੀਗਾ ਇਸ ਜੰਡ ਦੇ ਨਾਲ। ਇਹ ਜੰਡ ਦੀ ਜਿਹੜੀ ਉਮਰ ਆ ਇਹ ਵੀ 400 ਸਾਲ ਪੁਰਾਣੀ ਹੈ। ਅਤੇ ਅੱਜ ਵੀ ਹਰਾ ਹੈਗਾ, ਬਿਲਕੁਲ ਪੱਤੇ ਵੀ ਹਰੇ ਆ, ਸਾਰਾ ਕੁਛ ਉਵੇਂ ਹੀ ਆ, ਬਿਲਕੁਲ ਠੀਕ ਆ। ਲਾ
ਉਹ ਜੰਡ ਜਿਹੜਾ ਆਪਾਂ ਦੇਖ ਕੇ ਆਏ। ਇੱਧਰ ਦਰਖਤ ਵੀ ਬਹੁਤ ਲੱਗੇ ਇੱਥੇ, ਅਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ, ਅਤੇ ਇੱਧਰ ਮੇਨ ਗੇਟ। ਚਲੋ ਦੋਸਤੋ, ਇਹ ਸੀਗਾ ਅੱਜ ਦਾ ਵਲੌਗ, ਹੁਣ ਆਪਾਂ ਚੱਲਦੇ ਹਾਂ ਵਾਪਸ। ਬਾਏ ਬਾਏ।